ਹਾਂਜੀ ਕਿੱਦਾਂ ਸਾਰੇ ਤੇ ਸਾਰੇ ਹਰ ਇੱਕ ਪੰਜਾਬੀ ਦੇ ਫੋਨ 'ਚ ਇਹ ਵੀਡੀਓ ਸਾਰੇ ਗਰੁੱਪਾਂ 'ਚ ਵੀਡੀਓ ਜਾਣੀ ਚਾਹੀਦੀ ਗਾਂਧੀ ਦੀਆਂ ਤੁਹਾਨੂੰ ਕਰਤੂਤਾਂ ਦਿਖਾਉਣੇ ਆ ਜਿਸ ਨੂੰ ਬਾਪੂ ਕਿਹਾ ਜਾਂਦਾ ਰਾਸ਼ਟਰਪਿਤਾ ਕਿਹਾ ਜਾਂਦਾ ਮਹਾਤਮਾ ਕਿਹਾ ਜਾਂਦਾ ੱੱਕੇ ਨਾਲ ਹੀ ਕਿਹਾ ਜਾਂਦਾ ਇਸ ਦੇ ਤੱਥ ਇਦਾਂ ਦੇ ਲੱਭ ਕੇ ਲਏ ਕਦੀ ਕਿਸੇ ਗੋਦੀ ਮੀਡੀਆ ਨੇ ਕਿਸੇ ਨੇ ਨਹੀਂ ਦਿਖਾਉਣੇ ਵੇਖੋ ਜੀ ਪਹਿਲੀ ਤਸਵੀਰ ਤੋਂ ਹੀ ਤੁਹਾਨੂੰ ਆਈਡੀਆ ਕਰਾ ਦੇਣਾ ਇਸ ਦੀ ਜੀਵਨ ਸ਼ੈਲੀ ਕਿਸ ਤਰ੍ਹਾਂ ਦੀ ਸੀ ਆਪਾਂ ਛੋਟੇ ਹੁੰਦੇ ਇਸ ਦੇ ਬਾਰੇ ਸੁਣਦੇ ਹੁੰਦੇ ਸੀ ਮੈਨੂੰ ਯਕੀਨ ਨਹੀਂ ਸੀ ਹੁੰਦਾ ਮੈਂ ਕਹਾ ਯਾਰ ਨਹੀਂ ਐਮੀ ਝੂਠ ਹੀ ਬੋਲਿਆ ਜਾ ਰਿਹਾ ਗਾਂਧੀ ਬਾਰੇ ਵੀ ਗਾਂਧੀ ਤਾਂ ਚੰਗਾ ਸੀ ਪਰ ਤਸਵੀਰਾਂ ਇਦਾਂ ਦੀਆਂ ਲਿਆ ਆ ਤੁਹਾਨੂੰ ਵੀ ਯਕੀਨ ਹੋ ਜਾਣਾ ਸਾਰਾ ਕੁਝ ਸੱਚ ਆ ਹਰ ਇੱਕ ਪੰਜਾਬੀ ਦੇ ਫੋਨ 'ਤੇ ਇਹ ਜਾਣੀ ਚਾਹੀਦੀ ਆ ਕਿ ਸ਼ਹੀਦੀਆਂ ਤਾਂ ਆਪਣੇ ਬਾਰਗੇ ਸਿੰਘ ਸਰਾਬੇ ਵਾਲੇ ਕਰਤਾਰ ਸਿੰਘ ਜੀ ਬਾਰੇ ਸ਼ਹੀਦ ਵਰਗੇ ਸ਼ਹੀਦ ਦੇਸ਼ ਨੂੰ ਯਾਦ ਕਰਾ ਗਏ ਇਹ ਤਾਂ ਦੇਖ ਸਕਦੇ ਆ ਇਹਦੀਆਂ ਤਸਵੀਰਾਂ ਪਹਿਲੀ ਤਸਵੀਰ ਤੋਂ ਤੁਹਾਨੂੰ ਆਈਡੀਆ ਕਰਾ ਦੇਣਾ ਪੀਐਸ ਦੀਆਂ ਕਰਤੂਤਾਂ ਕਿਸ ਤਰ੍ਹਾਂ ਦੀਆਂ ਮੈਂ ਤੁਹਾਨੂੰ ਦਿਖਾਉਣ ਵਾਲਾ ਵੇਖੋ ਜੀ ਕਿਸ ਤਰ੍ਹਾਂ ਖੋਸ਼ ਹੋਗੇ ਦੌਰਤਾਂ ਤੋਂ ਪੈਰ ਧਵਾਉਂਦਾ ਹੁੰਦਾ ਸੀ ਦਿੱਲੀ ਦੇਖ ਸਕਦੇ ਆ ਕੋਈ ਐਡਿਟ ਕੀਤੀ ਤਸਵੀਰ ਨਹੀਂ ਗਈ ਤੇ ਤੁਹਾਨੂੰ ਦਿਖਾਉਣਾ ਜੀ ਚਲਦੀ ਚਲਦੀ ਸ਼ੇਅਰ ਕਰੀ ਜਲੋ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਸਕਣ ਤੇ ਬਾਅਦ 'ਚ ਵੀ ਜਦੋਂ ਖਤਮ ਹੋ ਗਈ ਤਾਂ ਆਪਣਾ ਕੰਮ ਸਮਝ ਕੇ ਸ਼ੇਅਰ ਕਰਿਓ ਇਹ ਆ ਜੀ ਰਾਸ਼ਟਰਪਿਤਾ ਜਿਸ ਨੂੰ ਕਿ ਸਲੂਟ ਵੱਜਦੇ ਸੀ ਗੋਰਿਆਂ ਦੀਆਂ ਕਾਰਾਂ 'ਚ ਆਉਂਦਾ ਜਾਂਦਾ ਸੀ ਮਹਿੰਗੀਆਂ ਮਹਿੰਗੀਆਂ ਕਾਰਾਂ ਚ ਆਉਦਾ ਜਾਂਦਾ ਸੀ ਬੰਦਾ ਕਾਮਨ ਸੈਂਸ ਵਾਲਾ ਆਮ ਸਮਝ ਜਾਂਦਾ ਵੀ ਜੇ ਕੋਈ ਕਿਸੇ ਦੇਸ਼ ਨੂੰ ਯਾਦ ਕਰਾਉਣ ਲਈ ਕਿਸੇ ਵਿਰੋਧ ਲੜਾਈ ਲੜ ਰਿਹਾ ਤੇ ਉਸ ਨੂੰ ਉਹ ਸਲੂਟ ਨਹੀਂ ਮਾਰਨਗੇ ਉਸ ਨੂੰ ਪੁਲਿਸ ਲੱਭਦੀ ਫਿਰਦੀ ਹੋਊਗੀ ਪਰ ਗਾਂਧੀ ਨੂੰ ਮਹਿੰਗੀਆਂ ਮਹਿੰਗੀਆਂ ਕਾਰਾਂ 'ਚ ਆਉਣ ਜਾਣ ਦਾ ਸ਼ੌਂਕ ਸੀ ਸਲੂਟ ਮਾਰਦੇ ਸੀ ਗੋਰਿਆਂ ਦੇ ਜਿਹੜੇ ਰੱਖੇ ਹੋਏ ਉੱਥੇ ਦੇਖ ਸਕਦੇ ਪਹਿਲਾਂ ਇਹਦੀਆਂ ਕਾਰਾਂ ਦਿਖਾਉਨੇ ਆ ਤੁਹਾਨੂੰ ਆ ਦੇਖੋ ਜੀ ਤੇ ਮਹਿੰਗੀ ਕਾਰ ਤੋਂ ਇੱਕ ਕਾਰ ਕਾਰ ਹੋਈ ਪਹਿਲੇ ਟੈਂਮਾਜ ਫੋਰਡ ਟੀ ਬਹੁਤ ਮਹਿੰਗੀਆਂ ਕਾਰਾਂ ਚ ਜਿੱਦਾਂ ਆਪਾਂ ਕਹ ਲਈਏ ਰੋਲਸ ਰੋਇਸ ਸਭ ਤੋਂ ਮਹਿੰਗੀਆਂ ਕਾਰਾਂ ਚ ਕਾਰ ਚ ਬੈੰਦਾ ਹੁੰਦਾ ਸੀ ਗਾਂਧੀ ਦੇਖ ਸਕਦੇ ਆ ਤੁਸੀਂ ਆਪ ਆਈਡੀਆ ਲਾ ਸਕਦੇ ਹੋ ਉਸ ਸਮੇਂ ਦੀਆਂ ਕਾਰਾਂ ਤੇ ਪਹਿਲਾਂ ਤਾਂ ਤੁਹਾਨੂੰ ਦਿਖਾਉਣਾ ਇਹਦੀਆਂ ਕਾਰਾਂ ਤੇ ਬਾਅਦ ਚ ਇਹਦੀਆਂ ਦੂਜੀਆਂ ਕਾਲੀਆਂ ਕਰਤੂਤਾਂ ਓਕੇ ਜੀ ਆ ਦੇਖ ਸਕਦੇ ਆ ਜੀ ਤੇ ਵਖਰੀਆਂ ਵਖਰੀਆਂ ਮਹਿੰਗੀਆਂ ਮਹਿੰਗੀਆਂ ਕਾਰਾਂ 6 ਆ ਜੀ ਰਾਸ਼ਟਰਪਿਤਾ ਬਾਪੂ ਗਾਂਧੀ ਜਿਸ ਨੇ ਦੇਸ਼ ਯਾਦ ਕਰਾਇ ਜਿਹੜੇ ਕਿ ਨੋਟਾਂ ਤੇ ਜਾ ਕੇ ਬੈਠਾ ਆਖੇ ਜੀ ਗਾਂਧੀ ਨੇ ਦੇਸ਼ ਯਾਦ ਕਰਾਇਆ ਬੱਲੇ ਉੱtre ਬੱਲੇ 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 ਸਦਕੇ ਆਵਾਂ ਇਦਾਂ ਦੇ ਰਾਸ਼ਟਰਪਿਤਾ ਦੇ ਤੇ ਉਹ ਭਰਾ ਤੇ ਲੋਕ ਸਾਰੇ ਦੇਸ਼ ਚ ਭੁੱਖ ਮਰੀ ਨਾ ਮਰਦੇ ਸੀ ਤੇ ਗਾਂਧੀ ਆਪਣੀਆਂ ਬੱਕਰੀਆਂ ਇੰਗਲੈਂਡ ਲੈ ਗਿਆ ਸੀ ਨਿਰਮਲਾਈ ਦੀ ਬੱਕਰੀ ਦਾ ਨਾਂ ਸੀ ਜੇ ਕਿਸ ਨੂੰ ਕੋਈ ਸ਼ੱਕ ਛਿਗਵਾ ਸਰਚ ਕਰ ਲਿਓ ਇੰਟਰਨੈਟ ਸਾਰਿਆਂ ਦੇ ਕੋ ਆ ਆ ਤਸਵੀਰ ਪੈਰਿਸ ਦੀ ਆ ਇੰਗਲੈਂਡ ਨੂੰ ਜਾਂਦੇ ਸਮੇਂ ਦੀ ਉੱਥੇ ਹੀ ਦਾ ਸਟੇ ਹੋਇਆ ਸੀ ਇਹ ਪੈਰਿਸ ਦੋ ਬੱਕਰੀਆਂ ਸਪੈਸ਼ਲ ਇੰਡੀਆ ਤੋਂ ਲੈ ਕੇ ਗਿਆ ਸੀ ਕਹਿੰਦਾ ਦੁੱਧ ਬੱਕਰੀ ਦਾ ਹੀ ਪੀਣਾ ਆ ਮੈਂ ਤੁਸੀਂ ਆਪ ਹਿਸਾਬ ਲਾ ਲਓ ਭਈ ਉੰਡਿਆ ਚ ਉਸ ਸਮੇਂ ਭੁੱਖਮਰੀ ਦੇ ਕਿਸ ਤਰ੍ਹਾਂ ਦੇ ਹਾਲਾਤ ਸੀ ਆਮ ਲੋਕਾਂ ਨੂੰ ਦੋ ਡੰਗ ਦੀ ਰੋਟੀ ਨਹੀਂ ਸੀ ਮਿਲਦੀ ਤੇ ਇਹਦੀਆਂ ਬੱਕਰੀਆਂ ਵੀ ਪੈਰਸ ਯੂਰਪ ਤੇ ਇੰਗਲੈਂਡ ਘੁੰਮਿਆਈਆਂ ਸੀ ਬਾਈ ਜੀ ਤੇ ਨਾਂ ਵੀ ਗਰ ਬੱਕਰੀ ਦਾ ਨਿਰਮਲਾ ਸੀਗਾ ਹੋਰ ਦਿਖਾਉਨੇ ਆ ਤੁਹਾਨੂੰ ਤੇ ਮੈਂ ਗਿਆ ਕਾਮੀ ਦੇ ਓਹੋ ਹੋ ਹੋ ਤੇ ਬਾਕੀ ਬਾਈ ਜੀ ਸਿੱਧੀ ਜੀ ਗੱਲ ਆ ਤੇ ਪਹਿਲਾਂ ਮੈਂ ਵੀ ਛੋਟਾ ਹੁੰਦਾ ਸੁਣਦਾ ਆਇਆ ਸੀ ਭਈ ਪਹਿਲਾਂ ਤਾਂ ਤਸਵੀਰਾਂ ਦੇਖੋ ਤੁਸੀਂ ਆਪ ਆਈਡੀਆ ਲਓ ਬਾਈ ਜੀ ਬੰਦੇ ਮੋਗਗੇ ਸੀ ਬੰਦਿਆਂ ਨੂੰ ਉੱਲੀ ਲੱਗੀ ਹੋ ਸੀ ਗਾਂਧੀ ਨੂੰ ਤੋਰਨ ਲਈ ਸਹਾਰਾ ਦੇਣ ਲਈ ਕੁੜੀਆਂ ਦੀ ਲੋੜ ਹੁੰਦੀ ਤੇ ਇਹਨੇ ਜਿਹੜੀ ਡਾਕਟਰ ਲੱਗੀ ਰੱਖਿਓ ਹੁੰਦੀ ਸੀ ਪਰਸਨਲ ਡਾਕਟਰ ਉਹ ਵੀ ਇੱਕ ਜਵਾਨ ਕੁੜੀ ਸੁਸ਼ੀਲਾ ਨਾਇਰ ਰੱਖਿਓ ਹੁੰਦੀ ਸੀ ਡਾਕਟਰ ਜਿਹੜੀ ਪਰਸਨਲ ਹੁੰਦੀ ਸੀਗੀ ਤੇ ਦੇਖ ਸਕਦੇ ਆ ਸਾਰੀਆਂ ਤਸਵੀਰਾਂ 'ਚ ਤੁਹਾਨੂੰ ਔਰਤਾਂ ਹੀ ਮਿਲਣਗੀਆਂ ਜਵਾਨ ਕੁੜੀਆਂ ਹੀ ਮਿਲਣਗੀਆਂ ਕਿਉਂਕਿ ਬੰਦਿਆਂ ਨੂੰ ਉੱਲੀ ਲੱਗੀ ਹੋ ਸੀ ਤੇ ਕੁੜੀਆਂ ਛੋਟੀ ਤੋਂ ਛੋਟੀ ਉਮਰ ਦੀਆਂ ਲੱਭਦਾ ਹੁੰਦਾ ਸੀ ਸਹਾਰਾ ਦੇਣ ਲਈ ਆਪਣੇ ਤੋਰਨ ਲਈ ਦੇਖ ਸਕਦੇ ਆ ਤੇ ਇੱਕ ਤੁਹਾਨੂੰ ਇੱਕ ਇੱਕ ਚੀਜ਼ ਦਿਖਾਉਣਾ ਹੋਰ ਤੇ ਮਤਲਬ ਭਈ ਜੇ ਜੋ ਮੈਂ ਤਸਵੀਰਾਂ ਲਿਆ ਸਾਰਾ ਕੁਝ ਸੋਚ ਕੇ ਪਰਖ ਕੇ ਸਾਰੇ ਪਾਸਿਓ ਮੇਕ ਸ਼ੋਰ ਕਰਕੇ ਤੁਹਾਨੂੰ ਦਿਖਾਉਣ ਲੱਗਾ ਨਹੀਂ ਤਾਂ ਮੈਂ ਵੀ ਛੋਟਾ ਹੁੰਦਾ ਸੁਣਦਾ ਆਉਂਦਾ ਸੀ ਆ ਇੱਕ ਆ ਦੇਖੋ ਜੀ ਇੱਕ ਆਰਟੀਕਲ ਬਹੁਤ ਇਹ ਗਾਂਧੀ ਨੇ ਆਪ ਇੱਕ ਇੰਟਰਵਿਊ 'ਚ ਇੱਕ ਗੋਰੀ ਨੂੰ ਕਿਹਾ ਸੀਗਾ ਇੱਕ ਅੰਗਰੇਜ਼ੀ ਦਾ ਵਰਡ ਆ ਹਾਊਡ ਗਾਂਧੀ ਸੈਲੀਵੇਸੀ ਟੈਸਟ ਵਿਦ ਨੀਕੇਡ ਊਮਨ ਬੀ ਸੀਨ ਟੂਡੇ ਇਹ ਜੀ ਇਹ ਜਿਹੜਾ ਸੈਲੀਵੇਸੀ ਜੋ ਵੀ ਇਹ ਸ਼ਬਦ ਆ ਇਹਦਾ ਮਤਲਬ ਇਹ ਆ ਇਹ ਇਹ ਨਿਰਵਾਸਤਰ ਹੋ ਕੇ ਘੱਟ ਉਮਰ ਦੀਆਂ ਕੁੜੀਆਂ ਨਾਲ ਸੌਂਦਾ ਹੁੰਦਾ ਸੀ ਤੇ ਕਹਿੰਦਾ ਸੀ ਮੈਂ ਆਪਣੇ ਆਪ ਨੂੰ ਪਰਖਦਾ ਆਂ ਭਈ ਮੇਰਾ ਆਪਣੇ ਆਪ ਤੇ ਕੰਟਰੋਲ ਕਿੰਨਾ ਆ ਇਹ ਕਹਿੰਦਾ ਹੁੰਦਾ ਸੀ ਤੇ ਇਸ ਨੂੰ ਮਹਾਤਮਾ ਕਿਉਂ ਕਿਹਾ ਜਾਂਦਾ ਹੈ ਇਸ ਨੂੰ ਮਹਾਤਮਾ ਰਵਿੰਦਰ ਨਾਥ ਟੈਗੋਰ ਨੇ ਸ਼ਬਦ ਦੀ ਵਰਤੋਂ ਕੀਤੀ ਸੀ ਮਹਾਤਮਾ ਨਾ ਤਾਂ ਇਹਦਾ ਮੋਹਨਦਾਸ ਕਰਮਚੰਦ ਗਾਂਧੀ ਸੀ ਇਹ ਆਪਣੇ ਆਪ ਨੂੰ ਮਹਾਨ ਮਹਾਤਮਾ ਜਿਹੜੇ ਹੁੰਦੇ ਆ ਹਨਾ ਭਈ ਜਿਨ੍ਹਾਂ ਨੂੰ ਦੀਨ ਦੁਨੀਆਦਾਰੀ ਦਾ ਕੋਈ ਮੋਹ ਨਹੀਂ ਹੁੰਦਾ ਇਹ ਚਾਹੁੰਦਾ ਸੀ ਮੈਂ ਉਹਨਾਂ ਲੋਕਾਂ ਦੀ ਗਿਣਤੀ ਚ ਆਵਾਂ ਤੇ ਦੇਖ ਸਕਦੇ ਆਂ ਤੇ ਘੱਟ ਤੋਂ ਘੱਟ ਉਮਰਦੀਆਂ ਕੁੜੀਆਂ ਇਹ ਲੱਭਦਾ ਹੁੰਦਾ ਸੀ ਤੇ ਉਹਨਾਂ ਦਾ ਨਿਰਵਸਤਰੋ ਕੇ ਸੌਂਦਾ ਸੀ ਅਖੇ ਜੀ ਮੈਂ ਆਪਣੇ ਆਪ ਤੇ ਕੰਟਰੋਲ ਕਰਨਾ ਸਿੱਖ ਰਿਹਾ ਆ ਇਹ ਛੋਟੇ ਹੁੰਦੇ ਆਪਾਂ ਸੁਣਦੇ ਆਏ ਸੀ ਵੀ ਗਾਂਧੀ ਇਦਾਂ ਦਾ ਸੀ ਆਪਾਂ ਕਹੋ ਚਲੋ ਯਾਰ ਗਾਂ ਦੀ ਗਾਂ ਸੁਣਾਉਂਦੇ ਰਹਿੰਦੇ ਆ ਹਨਾ ਜਿੱਦਾਂ ਆ ਵੀ ਕਹਿੰਦੇ ਰਹਿੰਦੇ ਆ ਵੀ ਅਮਤਾਪ ਬਚਨ ਨਹਿਰੂ ਦਾ ਮੁੰਡਾ ਉਹ ਤਾਂ ਗੱਪਈ ਆ ਹਨਾ ਇਦਾਂ ਹੀ ਛੋਟੇ ਹੁੰਦੇ ਸਾਨੂੰ ਕਈ ਕਹਾਣੀਆਂ ਸੁਣਨ ਨੂੰ ਮਿਲੀਆਂ ਪਰ ਜਦੋਂ ਗੰਦਾ ਬੰਦਾ ਗਾਂ ਦੀਆਂ ਡੀਪਲੀ ਪੜਦਾ ਤੇ ਆ ਸੱਚ ਐ ਜੀ ਗੱਲਾਂ ਜੋ ਵੀ ਆ ਤੁਹਾਨੂੰ ਦਿਖਾ ਰਿਹਾ ਤੇ ਬਾਕੀ ਹੋਰ ਵੀ ਤਸਵੀਰਾਂ ਇਹਦੀਆਂ ਬਹੁਤ ਆ ਤੁਹਾਨੂੰ ਆਪ ਹੀ ਪੀ ਦੇਖੋ ਜੀ ਘਟ ਤੋਂ ਘਟ ਉਮਰ ਦੀਆਂ ਕੁੜੀਆਂ ਲੱਭਦਾ ਹੁੰਦਾ ਸੀ ਸਹਾਰਾ ਲੈਣ ਲਈ ਤੇ ਦੇਖ ਸਕਦੇ ਆ ਦੇਖੋ ਸੋ ਸਾਰੀਆਂ ਤਸਵੀਰਾਂ 'ਚ ਤੁਹਾਨੂੰ ਇਹੀ ਦਿਸਣਾ ਵੀ ਕੁੜੀਆਂ ਦੇ ਮੋਢਿਆਂ ਤੇ ਹੱਥ ਰੱਖਿਓ ਆ ਦੇਖ ਸਕਦੇ ਆ ਬੰਦੇ ਵੀ ਨਾਲ ਹੁੰਦੇ ਸੀ ਕਿਉਂ ਬੰਦੇ ਨਹੀਂ ਸਹਾਰਾ ਦੇ ਸਕਦੇ ਸੋ ਇਸ ਦੀਆਂ ਹਜ਼ਾਰਾਂ ਦੇ ਹਿਸਾਬ ਨਾਲ ਤੁਹਾਨੂੰ ਇਦਾਂ ਦੀਆਂ ਤਸਵੀਰਾਂ ਇੰਟਰਨੈਟ ਤੇ ਮਿਲ ਜਾਣੀਆਂ ਆ ਸਹੀ ਹੈ ਨਾ ਤੁਸੀਂ ਮੈਂ ਤਾਂ ਥੋੜੀਆਂ 5 7 10 12 ਕਈ ਦਿਖਾਉਣੀਆਂ ਦੇਖ ਸਕਦੇ ਆ ਇਹ ਆ ਜੀ ਸਾਡਾ ਰਾਸ਼ਟਰਪਿਤਾ ਤੇ ਧਾਨਿਆਂ ਉਹ ਲੋਕ ਜਿਹੜੇ ਇਹਨੂੰ ਬਾਪੂ ਕਹਿੰਦੇ ਆ ਇਹਨੂੰ ਬਾਪੂ ਕਹਿੰਦੇ ਜਿਹੜੇ 13 ਸਾਲ ਦੀ ਉਮਰ ਦੀਦਾ ਵਿਆਹ ਹੋ ਗਿਆ ਸੀ ਕਿਉਂਕਿ ਇਸ ਦੀ ਧਰਮ ਪਤਨੀ ਦੀ ਮੌਤ ਕਈ ਸਾਲ ਪਹਿਲਾਂ ਹੋ ਗਈ ਸੀ ਕਸਤੂਰਾ ਦੀ ਤੇ ਦੇਖ ਸਕਦੇ ਆ ਤੇ ਹੋਰ ਦਸਾਉਣਾ ਤੇ ਆ ਲਓ ਜੀ ਇੱਕ ਆਹਾ ਉਹ ਜਿਹੜੀ ਪਹਿਲੀ ਤਸਵੀਰ ਦਿਖਾਈ ਸੀ ਉਹਦਾ ਘੱਟ ਉਮਰ ਦੀ ਔਰਤ ਸੀ ਤੇ ਦੇਖੋ ਕਿੰਨੇ ਸਾਲ ਦੀ ਇਹ ਔਰਤ ਉੱਗੀ ਇਸ ਤੋਂ ਆਪਣੇ ਪੈਰਾਂ ਨੂੰ ਧੋ ਆ ਰਿਹਾ ਆ ਤੁਸੀਂ ਆਪ ਹਿਸਾਬ ਲਾ ਲਓ ਇਸ ਤੋਂ ਉਮਰ ਚ ਵੱਡੀ ਹੋਵੇਗੀ ਤੇ ਦੇਖ ਸਕਦੇ ਆ ਇਸ ਤੋਂ ਆਪਣੇ ਪੈਰਾਂ ਨੂੰ ਕਿਦਾਂ ਬੈਠਾ ਧੋ ਆ ਰਿਹਾ ਆ ਤੇ ਇੱਕ ਸਕਿੰਟ ਜੋ ਵੇਸ ਦੀਆਂ ਇਹ ਕਰਤੂਤਾਂ ਹਰ ਇੱਕ ਫੋਨ 'ਚ ਸਾਰੇ ਪਾਸੇ ਦੇਖ ਸਕਦੇ ਆ ਜਦੋਂ ਇੰਗਲੈਂਡ ਵੀ ਜਾਂਦਾ ਸੀ ਤੇ ਬੱਸ ਕਹਿੰਦਾ ਸੀ ਗੋਰੀਆਂ ਹੀ ਲਿਆ ਦਿਓ ਗੋਰੀਆਂ ਜੀ ਮੈਂ ਤਾਂ ਖੁਸ਼ੀਆਂ ਦੇਖ ਸਕਦੇ ਆ ਇਕੋ ਐਡਿਟ ਕੀਤੀਆਂ ਤਸਵੀਰਾਂ ਲਗੀਆਂ ਤੁਹਾਡੇ ਸਾਹਮਣੇ ਹੀ ਆ ਹੁਣ ਤੁਸੀਂ ਹਰ ਇੱਕ ਫੇਸਬੁੱਕ ਵਟਸਐਪ ਇੰਸਟਾਗ੍ਰam ਟਿਕਟੌਕ ਸਾਰੇ ਹੀ ਪਾਸੇ ਇਸ ਦੀਆਂ ਕਰਤੂਤਾਂ ਦਿਖਾਉਣੀਆਂ ਤਾਂ ਜੋ ਲੋਕਾਂ ਦੀ ਅੱਖਾਂ ਖੁੱਲ ਸਕਣ ਸਾਨੂੰ ਛੋਟੇ ਹੁੰਦਿਆਂ ਨੂੰ ਕੀ ਪੜਾਇਆ ਗਿਆ ਤੇ ਮਾਰਦੇ ਸੀ ਗੋਰੇ ਇਹਨੂੰ ਸਲੂਟ ਗੋਰੇ ਇਹਨੂੰ ਸਲੂਟ ਮਾਰਦੇ ਸੀ ਤੁਸੀਂ ਆਪ ਯਾਰ ਕਾਮਨ ਉਹੀ ਫੇਰ ਉਹੀ ਆਮ ਜੀ ਗੱਲ ਆ ਵੀ ਜੇ ਮਤਲਬ ਪਈ ਮੈਂ ਕਿਸੇ ਦੇ ਵਿਰੁੱਧ ਮਤਲਬ ਮੈਂ ਮੋਦੀ ਵਿਰੁੱਧ ਲੜਾਈ ਕਰ ਰਿਹਾ ਹਾਂ ਹਨਾ ਤੇ ਮੋਦੀ ਦੇ ਬੰਦੇ ਮੇਰੇ ਲਈ ਇਦਾਂ ਕਾਰਾਂ ਦੇ ਦਰਵਾਜ਼ੇ ਖੋਲਣਗੇ ਦੱਸੋ ਨਹੀਂ ਨਾ ਸੋ ਜੇ ਇਹ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਕਰ ਰਿਆ ਸੀ ਦੇਸ਼ ਦੀ ਆਜ਼ਾਦੀ ਲਈ ਤੇ ਗੋਰੇ ਇਸ ਦੇ ਲਈ ਇਦਾਂ ਕਾਰਨ ਦੇ ਦਰਵਾਜ਼ੇ ਖੋਲਣਗੇ ਸੋ ਬਾਈ ਜੀ ਇਹ ਗੋਰਿਆਂ ਦੇ ਹੀ ਪਾਲੇ ਹੋਏ ਸੀਗੇ ਤੇ ਬਾਕੀ ਪਤਾ ਸਭ ਨੂੰ ਹੀ ਆ ਤੇ ਮੈਂ ਤਾਂ ਕੁਝ ਤਸਵੀਰਾਂ ਤੇ ਹਾਂਜੀ ਤੇ ਇਸ ਦੇ ਬਾਰੇ ਆ ਦੇਖ ਸਕਦੇ ਇੱਕ ਗਾਨਾ ਦੇਸ਼ ਆ ਸਾਰਿਆਂ ਨੂੰ ਪਤਾ ਉੱਥੇ ਦੀ ਇੱਕ ਯੂਨੀਵਰਸਿਟੀ ਜੀ ਦਾ ਸਟੈਚੂ ਲੱਗਿਆ ਹੋਇਆ ਸੀ ਉਹ ਪਾਇਆ ਉਹ ਨਹੀਂ ਗਲ ਨੂੰ ਰਸਾ ਕਹਿੰਦੇ ਪਰਾਂ ਕਰੋ ਚੱਕ ਦੋ ਇਹਨੂੰ ਇਹ ਰੈਸਿਸਟ ਸੀਗਾ ਇਹ ਬੰਦਾ ਦੇਖ ਸਕਦੇ ਆ ਘਾਨਾ ਯੂਨੀਵਰਸਿਟੀ ਦੇ ਸਟੈਚੂ ਕਈ ਦੇ ਇਛਾਂ ਚ ਤੋੜੇ ਗਏ ਆ ਦੇਖ ਸਕਦੇ ਆ ਇਹ ਘਾਨਾ ਚ ਯੂਨੀਵਰਸਿਟੀ ਜੀ ਦਾ ਸਟੈਚੂ ਤੋੜਿਆ ਗਿਆ ਤੇ ਦੇਖੋ ਜੀ ਤੇ ਇਸ ਤਰ੍ਹਾਂ ਦੀਆਂ ਹਜ਼ਾਰਾਂ ਤਸਵੀਰਾਂ ਤੁਹਾਨੂੰ ਮਿਲ ਜਾਣੀਆਂ ਵੀ ਕੁੜੀਆਂ ਘੱਟ ਤੋਂ ਘੱਟ ਉਮਰਦੀਆਂ ਕੁੜੀਆਂ ਦਾ ਸਹਾਰਾ ਲੈ ਕੇ ਤੁਰਦਾ ਸੀਗਾ ਦੇਖ ਲਓ ਇਹ ਇੰਦਰਾ ਗਾਂਧੀ ਆ ਤੇ ਉਹ ਵੀ ਵਿਚਾਰੀ ਨਰਵਤ ਜੀ ਹੋਈ ਖੜੀ ਆ ਚਲੋ ਵਿਚਾਰੀ ਕਹਿਣ ਦੇ ਲਾਇਕ ਤਾਂ ਹੈ ਨਹੀਂ ਸੀ ਇੰਦਰਾ ਗਾਂਧੀ ਦੇਖ ਸਕਦੇ ਆ ਤਸਵੀਰਾਂ ਹੀ ਕਈ ਕੁਝ ਬਿਆਨ ਕਰਦੀਆਂ ਸੋ ਬਾਕੀ ਇੰਨੀਆਂ ਕੀ ਸੀ ਜੀ ਤੇ ਬਾਕੀ ਸਾਰੇ ਪਾਸੇ ਨਹਿਰੂ ਦਾ ਵੀ ਕਰਤੂਤਾਂ ਦਿਖਾਵਾਂਗੇ ਇਸ ਵੀਡੀਓ ਦੇ ਵੱਧੋ ਵੱਧ 50 60 ਹਜ਼ਾਰ ਸ਼ੇਅਰ ਕਰੋ ਸਾਰੇ ਫੇਸਬੁਕ ਵਟਸਐਪ ਹਰ ਜਗ੍ਹਾ ਤੇ ਨਹਿਰੂ ਜੀ ਆ ਵੀ ਤੁਹਾਨੂੰ ਕਰਤੂਤਾਂ ਦਿਖਾਵਾਂਗੇ ਤੇ ਇਹ ਆ ਜੀ ਰਾਸ਼ਟਰਪਿਤਾ ਜਿਸ ਨੂੰ ਗੋਰੇ ਸਲੂਟ ਮਾਰਦੇ ਸੀ ਬੱਲੇ ਉਹ ਤੁਹਾਡੇ ਤੇ ਬਾਕੀ ਭਰਾਵੋ ਧਾਨਿਆਂ ਜਿਹੜੇ ਇਹਨੂੰ ਬਾਪੂ ਕਹਿੰਦੇ ਆ ਮਹਾਤਮਾ ਕਹਿੰਦੇ ਆ ਧਾਨਿਆਂ ਤੁਹਾਨੂੰ 21 ਤੋਪਾਂ ਦੀ ਸਲਾਮੀ ਤੇ ਜਾਂਦੇ ਜਾਂਦੇ ਮਿੱਤਰੋ ਰਿਕੁਐਸਟ ਇੱਕੋ ਹੀ ਆ ਤੇ ਤੁਸੀਂ ਵੇਹ ਜਿਹੜੇ ਵੀ ਸੁਣਦੇ ਆ ਉਹੀ 12-1500 ਬੰਦਾ ਥੈਂਕ ਯੂ ਜੀ ਸਭ ਨੂੰ ਪਤਾ ਸਾਰੀਆਂ ਫੇਸਬੁਕ ਵੀਡੀਓ ਤੇ ਲਿੰਕ ਪਾਇਆ ਜੇ ਨਹੀਂ ਓਪਨ ਹੁੰਦਾ ਤੇ ਆਪ ਗੂਗਲ ਤੇ ਸਰਚ ਕਰਕੇ hindiradio.ca.com ਨਹੀਂ.ca ਭਰ ਕੇ ਤੇ ਦੋ ਐਡਾ ਆਉਣੀਆਂ ਇੱਕ ਇੱਥੇ ਤੇ ਇੱਕ ਆ ਸਿਰੇ ਤੇ ਤੇ ਕਲਿੱਕ ਕਰਨਾ ਜੀ ਬਸ ਉਹਨੂੰ ਕਲਿੱਕ ਕਰਕੇ ਮੁੜੇ ਆਉਣਾ ਨਾ ਤੁਹਾਡਾ ਕੋਈ ਪੈਸਾ ਜਾਂਦਾ ਨਾ ਤੁਹਾਡਾ ਸਮਾਂ ਹੋ ਹੁੰਦਾ ਲਓ ਜੀ 5 ਸਕਿੰਟ ਦਾ ਕੰਮ ਆ ਇਦਾਂ ਕਲਿੱਕ ਕਰਕੇ ਚਾਲ ਜੀ ਫਿਰ ਦੂਜੀ ਨੂੰ ਕਰ ਦੇਣਾ ਤੇ ਹੁਣ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਵੱਧੋ ਵੱਧ ਸ਼ੇਅਰ ਹੋਵੇ ਤਾਂ ਜੋ ਹੌਸਲਾ ਮਿਲੇਗਾ ਵੀ ਬਾਈ ਤੁਸੀਂ ਨਾਲ ਆਇਆ ਇਹਨਾਂ ਦੀਆਂ ਹੋਰ ਕਰਦੂਤਾਂ ਦਿਖਾਵਾਂ ਹੁਣ ਨਹਿਰੂ ਦੀ 바ਰੀ ਆ ਇਹ ਵੀਡੀਓ ਵੱਧੋ ਵੱਧ ਸ਼ੇਅਰ ਕਰਿਓ ਕਲਿੱਕ ਕਰਿਓ ਤੇ ਇਹ ਪੇਜ ਨੂੰ ਫਾਲੋ ਕਰਿਓ ਓਕੇ ਜੀ ਸ਼ੇਅਰ ਕਰਿਓ ਕਲਿੱਕ ਕਰਿਓ ਤੇ ਫਾਲੋ ਕਰਿਓ ਪੇਜ ਨੂੰ ਮਿਲਦੇ ਆ ਫਿਰ ਨਹਿਰੂ ਦੀ 바ਰੀ ਅਦਿਓਸ